ਜੇ ਕੈਨੇਡਾ ਵਿੱਚ ਤੁਸੀਂ ਹੋ ਇੰਟਰਨੈਸ਼ਨਲ ਸਟੂਡੈਂਟ, ਜਦੋਂ ਵੀ ਕਾਲਜ ਦੇ ਵਿੱਚ ਹੋ ਜਾਂਦਾ ਬੰਦਾ ਕੋਰਸਿਸ ਦੇ ਵਿੱਚ ਫੇਲ, ਤੇ ਉਦੋਂ ਬਣ ਜਾਂਦੀ ਹੈ ਚੰਗੇ ਭਲੇ ਬੰਦੇ ਦੀ ਰੇਲ, ਯਾਨੀ ਉਦੋਂ ਸ਼ੁਰੂ ਹੋ ਜਾਂਦੀਆਂ ਨੇ ਬਹੁਤ ਸਾਰੀਆਂ ਪ੍ਰੋਬਲਮਸ। ਉਹਨਾਂ ਪ੍ਰੋਬਲਮਸ ਨੂੰ ਕਿਵੇਂ ਕੀਤਾ ਜਾਵੇ ਸੋਲਵ, ਉਸ ਦੇ ਲਈ ਦੇਖੋ ਜੀ ਅੱਜ ਦੀ ਇਹ ਵੀਡੀਓ। ਹਾਂਜੀ ਸੱਜਣ ਜੀ, ਮੈਂ ਹਾਂ ਜੋਨੀ ਹੰਸ ਤੇ ਲੈ ਕੇ ਹਾਜ਼ਰ ਹਾਂ ਅੱਜ ਦੀ ਇਹ ਵੀਡੀਓ, ਜਿਸ ਦੇ ਵਿੱਚ ਗੱਲ ਕਰਦੇ ਹਾਂ ਕਿ ਜੇ ਤੁਸੀਂ ਕਿਸੇ ਕਾਲਜ ਵਿੱਚ ਕੋਰਸ ਦੇ ਵਿੱਚ ਫੇਲ ਹੋ ਜਾਂਦੇ ਹੋ ਤੇ ਫੇਰ ਕੀ ਹੁੰਦਾ ਹੈ। ਪਹਿਲਾਂ ਤਾਂ ਉੜਦੀ ਗੱਲ ਇਹ ਵੀ ਕਾਫੀ ਸਾਹਮਣੇ ਆਈ ਆ ਕਿ ਬਹੁਤ ਸਾਰੇ ਜਿਹੜੇ ਕਾਲਜਸ ਨੇ ਉਹ ਇੰਟਰਨੈਸ਼ਨਲ ਸਟੂਡੈਂਟਸ ਨੂੰ ਇਸ ਕਰਕੇ ਫੇਲ ਕਰ ਦਿੰਦੇ ਨੇ ਤਾਂ ਕਿ ਉਹਨਾਂ ਨੂੰ ਨਵੀਂ ਫੀਸ ਮਿਲ ਜਾਵੇ। ਕਹਿਣ ਦਾ ਮਤਲਬ ਕਿ ਜਦੋਂ ਤੁਸੀਂ ਇੱਥੇ ਇੱਕ ਕੋਰਸ ਦੇ ਵਿੱਚ ਫੇਲ ਹੁੰਦੇ ਹੋ, ਦੁਬਾਰਾ ਉਸ ਕੋਰਸ ਦੇ ਵਿੱਚ ਅਪੀਅਰ ਹੋਣ ਲਈ ਕਈ ਕਾਲਜ ਦੇ ਵਿੱਚ ਤੁਹਾਨੂੰ ਪੂਰੀ ਫੀਸ ਉਸ ਜਿਹੜੀ ਪਰਟੀਕੁਲਰ ਕੋਰਸ ਆ ਉਹਦੀ ਪੂਰੀ ਫੀਸ ਦੇਣੀ ਪੈਂਦੀ ਆ। ਕਈ ਕੇਸਿਸ 'ਚ ਇਹ ਹੁੰਦਾ ਕਿ ਤੁਹਾਨੂੰ ਪਾਰਸ਼ਲ ਫੀਸ ਦੇਣੀ ਪੈਂਦੀ ਆ, ਪਰ ਕੁਛ ਨਾ ਕੁਛ ਪੇ ਜ਼ਰੂਰ ਕਰਨਾ ਪੈਂਦਾ ਹੈ। ਇਸ ਕਰਕੇ ਫਿਰ ਇੱਕ ਤਾਂ ਚਲੋ ਜੀ ਪੈਸੇ ਵੱਧ ਲੱਗਦੇ ਨੇ ਜਾਂ ਤੁਹਾਡੀ ਜਿਹੜੀ ਤੁਹਾਡੀ ਅਮਾਊਂਟ ਹੁੰਦਾ ਉਹ ਦੇਣਾ ਪੈਂਦਾ। ਦੂਜੀ ਗੱਲ ਇਹ ਕਿ ਜੇ ਜਦ ਤੱਕ ਤੁਸੀਂ ਉਸ ਉਹਨਾਂ ਕੋਰਸਿਸ ਨੂੰ ਸਾਰੇ ਮੋਡਿਊਲਸ ਨੂੰ ਕਲੀਅਰ ਨਹੀਂ ਕਰਦੇ, ਤੁਹਾਡਾ ਜਿਹੜਾ ਪੋਸਟ ਗ੍ਰੈਜੂਏਟ ਵਰਕ ਪਰਮਿਟ ਹੁੰਦਾ ਉਹ ਵੀ ਲਟਕ ਜਾਂਦਾ ਹੈ। ਅਤੇ ਕਈ ਕੇਸਿਸ ਦੇ ਇਹ ਵਿੱਚ ਕਿ ਜੇ ਤੁਹਾਡਾ ਸਰਟ ਸਟੱਡੀ ਪਰਮਿਟ ਐਕਸਪਾਇਰ ਹੋ ਗਿਆ ਅਤੇ ਫਿਰ ਤੁਹਾਡੇ ਕੋਲ ਕੋਰਸ ਵੀ ਨਹੀਂ ਤੁਹਾਨੂੰ ਮਿਲ ਰਿਹਾ, ਅਤੇ ਉਸ ਕੇਸ ਦੇ ਵਿੱਚ ਤੁਹਾਡੀ ਜਿਹੜਾ ਸਟੇਟਸ ਆ ਉਹ ਹੋਰ ਜ਼ਿਆਦਾ ਪ੍ਰੋਬਲਮ ਦੇ ਵਿੱਚ ਆ ਜਾਂਦਾ ਆ। ਅਤੇ ਫਿਰ ਸੋਲਿਊਸ਼ਨ ਕੀ ਆ? ਫਿਰ ਸੋਲਿਊਸ਼ਨ ਇੱਦਾਂ ਹੈ ਕਿ ਜਿਹੜਾ ਥੋੜ੍ਹੀ ਜਿਹੀ ਰਿਸਰਚ ਨਾਲ ਸਾਨੂੰ ਇਹ ਪਤਾ ਲੱਗਾ ਕਿ ਯਾਰ ਕਿਊਬੇਕ ਦਾ ਜਿਹੜਾ ਇਮੀਗ੍ਰੇਸ਼ਨ ਸਿਸਟਮ ਆ, ਯਾਨੀ ਕਿਊਬੇਕ ਦਾ ਜਿਹੜਾ ਸਟੱਡੀ ਸਿਸਟਮ ਆ, ਉਹ ਪੂਰੇ ਕੈਨੇਡਾ ਦੀਆਂ ਬਾਕੀ ਸਟੇਟਸ ਨਾਲੋਂ ਡਿਫਰੈਂਟ ਆ। ਯਾਨੀ ਕਿ ਜੇ ਤੁਹਾਨੂੰ ਸਟੱਡੀ ਪਰਮਿਟ ਲੈਣ ਦੇ ਵਿੱਚ ਵੀ ਪ੍ਰੋਬਲਮ ਆ ਰਹੀ ਹੈ ਜਾਂ ਤੁਹਾਨੂੰ ਕੋਰਸ ਨਹੀਂ ਕਿਤੇ ਮਿਲ ਰਿਹਾ, ਤਾਂ ਤੁਸੀਂ ਕਿਊਬੇਕ ਦੇ ਕਾਲਜਿਸ ਦੇ ਵਿੱਚ ਕੋਰਸ ਲੈ ਸਕਦੇ ਹੋ। ਉਹਦਾ ਬੈਨੀਫਿਟ ਕੀ ਹੁੰਦਾ ਮੈਂ ਅੱਗੇ ਜਾ ਕੇ ਤੁਹਾਨੂੰ ਦੱਸਦਾ। ਸਭ ਤੋਂ ਪਹਿਲੀ ਗੱਲ ਇਹ ਕਿ ਜੇ ਇੱਥੇ ਦਾ ਤੁਹਾਨੂੰ CAQ ਮਿਲ ਗਿਆ, ਯਾਨੀ ਸਟੱਡੀ ਪਰਮਿਟ ਮਿਲ ਗਿਆ, ਤਾਂ ਫਿਰ ਜਿਹੜਾ ਫੈਡਰਲ ਤੋਂ ਜਿਹੜਾ ਸਟੱਡੀ ਪਰਮਿਟ ਆ ਉਹ ਬਹੁਤ ਆਸਾਨੀ ਨਾਲ ਮਿਲ ਜਾਂਦਾ, ਉਹ ਉਸ 'ਤੇ ਜ਼ਿਆਦਾ ਕਿੰਤੂ ਪਰੰਤੂ ਨਹੀਂ ਕਰਦੇ। ਦੂਜੀ ਗੱਲ ਇਹ ਆ ਕਿ ਜੇ ਤੁਹਾਡਾ ਇੱਥੇ ਤੁਸੀਂ ਪੂਰਾ ਕੋਰਸ ਕੰਪਲੀਟ ਕਰ ਲਿਆ ਅਤੇ ਪੋਸਟ ਗ੍ਰੈਜੂਏਟ ਵਰਕ ਪਰਮਿਟ ਜਦੋਂ ਤੁਸੀਂ ਅਪਲਾਈ ਕਰਨਾ, ਜੇ ਕਿਸੇ ਹੋਰ ਸਟੇਟ 'ਚ ਕਰਦੇ ਹੋ ਉਹਦੇ 'ਤੇ ਫਿਰ ਕੁਐਸਚਨ ਮਾਰਕ ਹੁੰਦਾ ਕਿ ਤੁਸੀਂ ਫੇਲ ਕਿਉਂ ਹੋਏ ਸੀਗੇ, ਪਰ ਇੱਥੇ ਉਸ ਚੀਜ਼ ਦਾ ਕੋਈ ਅਸਰ ਨਹੀਂ ਹੁੰਦਾ। ਜੇ ਤੁਸੀਂ ਇੱਥੇ ਪੂਰਾ ਕੋਰਸ ਕੰਪਲੀਟ ਸਟੇਟ ਦੇ ਵਿੱਚ ਕਰਦੇ ਹੋ, ਉਸ ਤੋਂ ਬਾਅਦ ਤੁਹਾਡਾ ਜਿਹੜਾ ਵਰਕ ਪਰਮਿਟ ਆ ਉਹ ਬਿਨਾਂ ਕਿਸੇ ਫਲੋ ਤੋਂ ਤੁਹਾਨੂੰ ਵਰਕ ਪਰਮਿਟ ਦੇ ਦਿੰਦੇ ਨੇ। ਉਹਦੇ 'ਤੇ ਕੋਈ ਕਿੰਤੂ ਪਰੰਤੂ ਨਹੀਂ ਹੁੰਦਾ ਕਿ ਪਹਿਲਾਂ ਤੁਸੀਂ ਕਿੱਥੇ ਪੜ੍ਹੇ ਸੀ, ਕੋਰਸ ਕੰਪਲੀਟ ਕੀਤਾ ਸੀ ਜਾਂ ਨਹੀਂ ਕੀਤਾ ਸੀ ਜਾਂ ਕੀ ਚੈਲੇਂਜ ਸੀ। ਪਰ ਇੱਥੇ ਮੈਂ ਇੱਕ ਗੱਲ ਹੋਰ ਜ਼ਰੂਰ ਮੈਂਸ਼ਨ ਕਰਨੀ ਚਾਹੂੰਗਾ ਕਿ ਪਹਿਲਾਂ ਇੱਦਾਂ ਹੁੰਦਾ ਸੀ ਕਿ ਜੇ ਤੁਹਾਡੇ ਕੋਲ ਤੁਸੀਂ ਦੋ ਡਿਫਰੈਂਟ ਸਟੇਟਸ ਦੇ ਵਿੱਚ ਵੀ ਸਾਲ ਸਾਲ ਦਾ ਕੋਰਸ ਕੀਤਾ, ਯਾਨੀ ਦੋ ਦੋ ਸਮੈਸਟਰ ਦਾ ਕੀਤਾ, ਫਿਰ ਵੀ ਚਾਰ ਸਮੈਸਟਰ ਦਾ ਟੋਟਲ ਕਰਕੇ ਤੁਹਾਨੂੰ 3 ਸਾਲ ਦਾ ਵਰਕ ਪਰਮਿਟ ਮਿਲ ਜਾਂਦਾ ਸੀ। ਪਰ ਹੁਣ ਇਹ ਰੂਲ ਚੇਂਜ ਹੋ ਗਿਆ, ਜੇ ਤੁਸੀਂ ਡਿਫਰੈਂਟ ਕੋਰਸਿਸ ਲਏ ਨੇ, ਡਿਫਰੈਂਟ ਕਾਲਜਿਸ ਤੋਂ ਲਏ ਨੇ ਜਾਂ ਡਿਫਰੈਂਟ ਸਟੇਟਸ ਤੋਂ ਕੀਤੇ ਹੋਏ ਨੇ ਦੋ ਡਿਫਰੈਂਟ ਕੋਰਸਿਸ, ਦੋ ਡਿਫਰੈਂਟ ਪ੍ਰੋਗਰਾਮਸ, ਭਾਵੇਂ ਉਹ ਸਾਲ ਸਾਲ ਦੇ ਦੋ ਯਾਨੀ ਦੋ ਦੋ ਸਮੈਸਟਰ ਦੇ ਹੋਣ, ਟੋਟਲ 4 ਸਮੈਸਟਰ ਦੇ, ਫਿਰ ਤੁਹਾਨੂੰ ਜਿਹੜਾ ਵਰਕ ਪਰਮਿਟ ਸਿਰਫ 2 ਸਾਲ ਦਾ ਹੀ ਮਿਲਣਾ, ਨਾ ਕਿ 3 ਸਾਲ ਦਾ। ਪਹਿਲਾਂ 3 ਸਾਲ ਦਾ ਮਿਲਦਾ ਸੀ। ਸੋ ਇਹ ਕੁਇਕ ਅਪਡੇਟ ਆ, ਆਈ ਹੋਪ ਤੁਹਾਡੇ ਹੈਲਪ ਤੁਹਾਨੂੰ ਕਰੂਗਾ। ਸੋ ਉਹ ਜਦੋਂ ਚੀਜ਼ ਕੰਪਲੀਟ ਹੋ ਜਾਂਦੀ ਆ ਉਸ ਤੋਂ ਬਾਅਦ ਤੁਹਾਨੂੰ ਵਰਕ ਪਰਮਿਟ ਮਿਲ ਜਾਂਦਾ। ਪਰ ਇੱਕ ਗੱਲ ਹੋਰ ਇੱਥੇ ਮੈਂਸ਼ਨ ਕਰਨਾ ਚਾਹੂੰਗੇ ਕਿ ਯਾਰ ਜਦੋਂ ਤੁਸੀਂ ਪੜ੍ਹਦੇ ਹੁੰਦੇ ਤੁਸੀਂ ਪਲੀਜ਼ ਨਾਲ ਹੀ ਆਪਣੀ ਫਰੈਂਚ ਦੀ ਸਟੱਡੀ ਕਰਨੀ ਸ਼ੁਰੂ ਕਰ ਦਿਓ, ਕਿਉਂਕਿ ਜੇ ਤੁਸੀਂ ਘੰਟਾ ਘੰਟਾ ਵੀ ਰੋਜ਼ ਦਿੰਦੇ ਹੋ ਫਰੈਂਚ ਨੂੰ, ਜਦ ਤੱਕ ਤੁਹਾਡੀ ਪੜ੍ਹਾਈ ਖਤਮ ਹੁੰਦੀ ਆ ਤੁਸੀਂ ਕਾਫੀ ਸਕਿੱਲਡ ਹੋ ਜਾਂਦੇ ਹੋ। ਅਤੇ ਵਧੀਆ ਗੱਲ ਹੁਣ ਇਹ ਆ ਕਿ ਤੁਹਾਨੂੰ ਜਿਹੜਾ ਫਰੈਂਚ ਦਾ B2 ਲੈਵਲ ਦਾ ਕੋਈ ਸਰਟੀਫਿਕੇਟ ਲੈਣ ਦੀ ਲੋੜ ਨਹੀਂ, ਸਿਰਫ ਇੱਕ ਆਇਲਸ ਵਾਂਗੂ TFAC ਦਾ ਐਗਜ਼ਾਮ ਹੁੰਦਾ, ਕਲੀਅਰ ਕਰੋ ਅਤੇ ਤੁਸੀਂ PR ਦੀ ਫਾਈਲ ਲਾ ਸਕਦੇ ਹੋ। ਯਾਨੀ ਜੇ ਤੁਸੀਂ ਇਨਫੋਰਮਡ ਰਹਿੰਦੇ ਹੋ ਨਾ ਤਾਂ ਤੁਹਾਨੂੰ ਕੋਈ ਪ੍ਰੋਬਲਮ ਨਹੀਂ ਆਉਂਦੀ। ਪ੍ਰੋਬਲਮ ਉਦੋਂ ਹੀ ਆਉਂਦੀ ਜਦੋਂ ਤੁਸੀਂ ਉਹਦੀ ਨੌਲੇਜ ਨਹੀਂ ਹੁੰਦੀ। ਨੌਲੇਜ ਇਜ਼ ਦੀ ਪਾਵਰ, ਐਂਡ ਇਫ ਯੂ ਡੋਂਟ ਹੈਵ ਦੀ ਨੌਲੇਜ ਉਦੋਂ ਹੀ ਸਾਰੀਆਂ ਪ੍ਰੋਬਲਮਸ ਇਕੱਠੀਆਂ ਹੁੰਦੀਆਂ ਨੇ। ਅਤੇ ਫਿਰ ਇੱਕ ਹੋਰ ਇੰਪੋਰਟੈਂਟ ਗੱਲ ਕਿ ਜਦੋਂ ਤੁਸੀਂ ਪੜ੍ਹਾਈ ਖਤਮ ਕਰਦੇ ਹੋ ਉਸ ਦੇ ਖਤਮ ਹੋਣ ਤੋਂ ਪਹਿਲਾਂ ਹੀ ਤਿਆਰੀ ਕਰਨੀ ਸ਼ੁਰੂ ਕਰ ਦਿਓ ਆਪਣੇ ਪੋਸਟ ਗ੍ਰੈਜੂਏਟ ਵਰਕ ਪਰਮਿਟ ਅਪਲਾਈ ਕਰਨ ਦੀ, ਤਾਂ ਕਿ ਤੁਸੀਂ ਕਿਸੇ ਤਰ੍ਹਾਂ ਦੀ ਦਿੱਕਤ ਦੇ ਵਿੱਚ ਨਾ ਆਓ। ਸੋ ਜਿਵੇਂ ਮੈਂ ਪਹਿਲਾਂ ਦੱਸਿਆ ਸੀ ਕਿ ਜੇ ਤੁਸੀਂ ਇੱਕ ਸਟੂਡੈਂਟ ਤੋਂ ਦੂਜੀ ਸਟੇਟ ਦੇ ਵਿੱਚ ਮੂਵ ਵੀ ਕਰ ਰਹੇ ਹੋ, ਉੱਥੇ ਦੇ ਰੂਲਸ ਰੈਗੂਲੇਸ਼ਨਸ ਨੂੰ ਚੰਗੀ ਤਰ੍ਹਾਂ ਜਾਣ ਲਓ। ਜਾਂ ਫਿਰ ਇਹ ਵੀ ਹੋ ਜਾਂਦਾ ਹੈ ਕਿ ਜੇ ਤੁਹਾਨੂੰ ਲੱਗਦਾ ਕਿ ਤੁਹਾਡੇ ਕੋਲ ਤੁਸੀਂ ਇੱਕ ਕੋਰਸ ਦੇ ਵਿੱਚੋਂ ਤੁਹਾਡੀ ਪ੍ਰੋਬਲਮ ਆਈ, ਤੁਸੀਂ ਦੂਜੀ ਸਟੇਟ 'ਚ ਮੂਵ ਕਰ ਰਹੇ ਹੋ, ਤੁਹਾਡੇ ਸਟੇਟਸ ਦਾ ਕੋਈ ਪ੍ਰੋਬਲਮ ਆ, ਤਾਂ ਇਹ ਵੀ ਤੁਸੀਂ ਕਰ ਸਕਦੇ ਹੋ ਕਿ ਤੁਸੀਂ ਪ੍ਰੋਪਰ ਕੋਈ ਨਾ ਕੋਈ ਅਸਿਸਟੈਂਸ ਲੈ ਸਕਦੇ ਹੋ। ਖੈਰ ਜੇ ਤੁਸੀਂ ਕਿਊਬਿਕ ਦੇ ਵਿੱਚ ਜਿਵੇਂ ਮੈਂ ਦੱਸਿਆ ਕਿ ਰੂਲਸ ਥੋੜ੍ਹੇ ਜਿਹੇ ਡਿਫਰੈਂਟ ਨੇ, ਜੇ ਤੁਹਾਨੂੰ ਲੱਗਦਾ ਤੁਹਾਡੀ ਹੈਲਪ ਹੋ ਸਕਦੀ ਆ ਤਾਂ ਤੁਹਾਨੂੰ ਤੁਸੀਂ ਇਹ ਆਪਸ਼ਨ ਨੂੰ ਵੀ ਟਰਾਈ ਕਰ ਸਕਦੇ ਹੋ। ਵੈਸੇ ਅੱਜ ਦੀ ਇਨਫੋਰਮੇਸ਼ਨ ਤੁਹਾਡੇ ਤੱਕ ਲੈ ਕੇ ਆਏ ਨੇ ਜਸਵਿੰਦਰ ਬਾਜਵਾ, ਜਿਹੜੇ ਕਿ ਇਮੀਗ੍ਰੇਸ਼ਨ ਕੰਸਲਟੈਂਟ ਨੇ, ਉਹ ਸਾਡੀ ਵੀਡੀਓਜ਼ ਨੂੰ ਸਪੋਰਟ ਕਰ ਰਹੇ ਨੇ ਤੁਹਾਡੇ ਤੱਕ ਇਨਫੋਰਮੇਸ਼ਨ ਲਿਆਉਣ ਲਈ। ਜੇ ਤੁਹਾਨੂੰ ਲੱਗਦਾ ਕਿ ਤੁਹਾਨੂੰ ਕੋਈ ਪ੍ਰੋਫੈਸ਼ਨਲ ਐਡਵਾਈਸ ਦੀ ਲੋੜ ਆ, ਦੈਨ ਯੂ ਕੈਨ ਆਲਵੇਜ਼ ਕੰਸਿਡਰ
ਅਤੇ ਉਹਨਾਂ ਦੀ ਇਨਫੋਰਮੇਸ਼ਨ ਅਸੀਂ ਆਪਣੀ ਡਿਸਕ੍ਰਿਪਸ਼ਨ ਦੇ ਵਿੱਚ ਤੁਹਾਡੇ ਨਾਲ ਸ਼ੇਅਰ ਕਰ ਰਹੇ ਹਾਂ। ਬਾਕੀ ਜੇ ਤੁਹਾਨੂੰ ਕੋਈ ਹੋਰ ਸਵਾਲ ਹੈ ਉਹ ਵੀ ਸਾਡੇ ਨਾਲ ਸਾਂਝਾ ਕਰ ਸਕਦੇ ਹੋ ਕਮੈਂਟਸ ਰਾਹੀਂ ਇਸ ਵੀਡੀਓ ਦੀ ਕਮੈਂਟ ਸੈਕਸ਼ਨ ਦੇ ਵਿੱਚ। ਇੱਕ ਹੋਰ ਚੀਜ਼, ਜਿਹੜੇ ਸੱਜਣ ਮਿੱਤਰ ਇਸ ਵੇਲੇ ਐਡਮਿਸ਼ਨ ਲੈਣਾ ਚਾਹੁੰਦੇ ਨੇ, ਕੈਨੇਡਾ ਵਿੱਚ ਪੜ੍ਹਨ ਆਉਣਾ ਚਾਹੁੰਦੇ ਨੇ, ਅਤੇ ਕਿਊਬਿਕ ਦਾ ਜਿਹੜਾ ਮਾਈਲਸਟੋਨ ਕਾਲਜ ਹੈ ਉਸ ਦੇ ਵਿੱਚ ਇਸ ਵੇਲੇ ਸੀਟਸ ਅਵੇਲੇਬਲ ਨੇ। ਜੇ ਤੁਸੀਂ ਹੁਣ ਵੀ ਚਾਹੋ ਤਾਂ ਅਪਲਾਈ ਕਰ ਸਕਦੇ ਹੋ। ਜੂਨ ਦੇ ਵਿੱਚ ਬੈਚ ਸ਼ੁਰੂ ਹੋ ਰਿਹਾ ਕੰਪਿਊਟਿੰਗ ਸਪੋਰਟ ਦਾ, 2 ਸਾਲ ਦਾ ਉਹ ਕੋਰਸ ਹੈ ਅਤੇ ਉਹਨੂੰ ਕੰਪਲੀਟ ਕਰਨ ਤੋਂ ਬਾਅਦ 3 ਸਾਲ ਦਾ ਵਰਕ ਪਰਮਿਟ ਆ, ਯਾਨੀ ਪ੍ਰੋਪਰ ਸਟੈਪ ਬਾਏ ਸਟੈਪ ਤੁਸੀਂ ਇੱਥੇ ਸੈਟਲ ਹੋ ਸਕਦੇ ਹੋ। ਸੋ ਇਸ ਵੇਲੇ ਉਹਨਾਂ ਦੇ ਕੋਲ ਸੀਟਸ ਅਵੇਲੇਬਲ ਨੇ ਮੇਰੇ ਖਿਆਲ ਨਾਲ ਜੂਨ ਬੈਚ ਦੀਆਂ, ਸਪਟੈਂਬਰ ਅਤੇ ਫਰਦਰ ਜਨਵਰੀ ਦੀਆਂ ਵੀ। ਕੰਪਿਊਟਿੰਗ ਸਪੋਰਟ ਦਾ ਹੈ, ਜੇ ਤੁਹਾਨੂੰ ਕੋਈ ਵੀ ਇਨਫੋਰਮੇਸ਼ਨ ਉਹਦੇ ਸੰਬੰਧਿਤ ਚਾਹੀਦੀ ਆ ਅਤੇ ਉਹਦਾ ਲਈ ਅਸੀਂ ਫੋਰਮ ਬਣਾਇਆ ਜਿਹੜਾ ਡਿਸਕ੍ਰਿਪਸ਼ਨ ਦੇ ਵਿੱਚ ਸ਼ੇਅਰ ਕੀਤਾ ਆ, ਸੋ ਇਸ ਕਾਲਜ ਦੇ ਵੱਲੋਂ ਤੁਹਾਡੇ ਤੱਕ ਇਨਫੋਰਮੇਸ਼ਨ ਪਹੁੰਚਾਉਣ ਲਈ। ਸੋ ਉਸ ਫੋਰਮ ਨੂੰ ਤੁਸੀਂ ਫਿਲਅਪ ਕਰ ਸਕਦੇ ਹੋ ਅਤੇ ਉਹਨਾਂ ਦੇ ਰਿਪ੍ਰੈਜੈਂਟੇਟਿਵ ਤੁਹਾਡੇ ਨਾਲ ਗੱਲਬਾਤ ਕਰ ਸਕਦੇ ਨੇ। ਸੋ ਆਸ ਕਰਦਾ ਜੀ ਅੱਜ ਦੀ ਇਹ ਵੀਡੀਓ ਤੁਹਾਨੂੰ ਪਸੰਦ ਆਈ ਹੋਵੇਗੀ, ਅਤੇ ਜੇ ਤੁਸੀਂ ਪਹਿਲੀ ਵਾਰੀ ਇਹ ਵੀਡੀਓ ਦੇਖ ਰਹੇ ਹੋ ਤਾਂ ਦੱਸ ਦਈਏ ਕਿ ਜੀ ਅਸੀਂ ਪੰਜਾਬੀ ਸ਼ਾਇਰੀ, ਪੰਜਾਬੀ ਰੈਪ ਅਤੇ ਪੰਜਾਬੀ ਸਪੋਕਨ ਵਰਡ ਵੀਡੀਓਜ਼ ਵੀ ਕਰਦੇ ਹਾਂ। ਸੋ ਤੁਹਾਡੀ ਅਗਲੀ ਵੀਡੀਓ ਲਈ ਤੁਸੀਂ ਇਸ ਯੂਟਿਊਬ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਅਤੇ ਹਿੱਟ ਕਰੋ ਜੀ ਬੈਲ ਬਟਨ। ਆਸ ਕਰਦਾ ਅੱਜ ਦੀ ਵੀਡੀਓ ਪਸੰਦ ਆਈ ਹੋਵੇਗੀ। ਹੱਸਦੇ ਮੁਸਕਰਾਉਂਦੇ ਰਹੋ ਜੀ, ਰੱਬ ਰਾਖਾ। ਕਟਰੀਨਾ ਕੀ ਆਲਿਆ ਕਰੀਨਾ ਕੀ ਤੇਰੇ ਮੋਰੇ ਸਾਰੀਆਂ ਇਨਾ ਬਾਰੀ ਸੇ ਆਲਮ ਹੈ ਜ਼ਾਲਮ ਬਣਾ ਲੈ ਤੂੰ ਬਾਲਮ ਇਹ ਗੱਲ ਤੂੰ ਸਮਝ ਲੈ ਨਾ ਤੇਰੇ ਨਾਲ ਭਰਿਆ ਦਿਲ ਤੱਕ ਨਾ ਤੂੰ ਅੱਖੀਆਂ